ਆ ਵੇਖੋ ਕਿਵੇਂ ਬਾਈਕ ਸਵਾਰਾਂ ਨੇ ਬਜ਼ੁਰਗ ਜੋੜੇ ਦੇ ਨਾਲ ਕੀਤੀ ਲੁੱਟ। ਸਕੂਟੀ ਤੇ ਜਾਂਦੇ ਬਜ਼ੁਰਗ ਦੀ ਜੇਬ ਹੀ ਪੱਟ ਕੇ ਲੈ ਗਏ ਨਾਲ। ਹੁਣ ਮੌਕੇ ਦੀ ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ। ਤਾਂ ਦੱਸ ਦਈਏ ਕਿ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ ਸੀਸੀਟੀਵੀ ਦੀਆਂ ਤਸਵੀਰਾਂ ਨਾਲ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਤਾਂ ਸ਼ਰੇਆਮ ਦਿਨ ਦਿਹਾੜੇ ਇਹਨਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਕੂਟੀ ਤੇ ਸਵਾਰ ਇੱਕ ਬਜ਼ੁਰਗ ਜੋੜਾ ਜਾ ਰਿਹਾ ਹੁੰਦਾ ਹੈ। ਤਾਂ ਦੱਸ ਦਈਏ ਕਿ ਦੋ ਨੌਜਵਾਨ ਬਾਈਕ ਤੇ ਬੈਠ ਕੇ ਆਉਂਦੇ ਨੇ ਤਾਂ ਬਜ਼ੁਰਗ ਦੀ ਜੇਬ ਹੀ ਪੱਟ ਕੇ ਲੈ ਜਾਂਦੇ ਨੇ, ਜਿਸ ਦੇ ਵਿੱਚ ਕਰੀਬ 30,000 ਰੁਪਏ ਦੀ ਰਾਸ਼ੀ ਹੁੰਦੀ ਹੈ, ਜਿਸ ਤੋਂ ਬਾਅਦ ਦੋਨੋਂ ਬਜ਼ੁਰਗ ਹੇਠਾਂ ਡਿੱਗ ਜਾਂਦੇ ਨੇ। ਤਾਂ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਨੇ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਮਲੋਟ ਸ਼ਹਿਰ ਤੋਂ ਸਾਹਮਣੇ ਆਇਆ, ਜਿੱਥੇ ਬਜ਼ੁਰਗ ਆਪਣੀ ਪਤਨੀ ਦੇ ਨਾਲ ਸਕੂਟੀ ਤੇ ਸਵਾਰ ਹੋ ਕੇ ਸ਼ਹਿਰ ਵੱਲ ਜਾ ਰਿਹਾ ਹੁੰਦਾ ਹੈ। ਤਾਂ ਜਦੋਂ ਫਾਟਕ ਦੇ ਨਜ਼ਦੀਕ ਪਹੁੰਚਦੇ ਨੇ ਤਾਂ ਇਹ ਦੋ ਅਣਪਛਾਤੇ ਬਾਈਕ ਸਵਾਰ ਆਉਂਦੇ ਨੇ ਤਾਂ ਇਹਨਾਂ ਦੀ ਸਕੂਟੀ ਤੇ ਝਪੱਟਾ ਮਾਰਦੇ ਨੇ ਤੇ ਬਜ਼ੁਰਗ ਦੀ ਜੇਬ ਪੱਟ ਲੈਂਦੇ ਨੇ, ਜਿਸ ਦੇ ਵਿੱਚ 30,000 ਰੁਪਏ ਦੀ ਨਕਦੀ ਪਈ ਹੁੰਦੀ ਹੈ, ਜਿਸ ਤੋਂ ਬਾਅਦ ਇਹ ਦੋਨੋਂ ਹੇਠਾਂ ਡਿੱਗ ਪੈਂਦੇ ਨੇ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੁੱਟ ਤੋਂ ਬਾਅਦ ਬਜ਼ੁਰਗ ਦੋਨੋਂ ਨੀਚੇ ਡਿੱਗ ਜਾਂਦੇ ਨੇ ਤਾਂ ਇਹ ਦੋਨੋਂ ਲੁਟੇਰੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਹੁਣ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਤਾਂ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਜਲਦ ਹੀ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਤਾਂ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਹੁਣ ਇਹਨਾਂ ਲੁਟੇਰਿਆਂ ਦੀ ਭਾਲ ਦੇ ਵਿੱਚ ਜੁਟ ਗਈ ਹੈ। ਹੋਇਆ ਸੀ ਜੀ, ਅਸੀਂ ਡੇਰੋਂ ਆਏ ਸੀਗਾ, ਸੱਚੇ ਸੌਦੇ ਡੇਰੋਂ ਆਏ ਸੀਗਾ। ਅਸੀਂ ਦੋ ਦਿਨ ਸਕੂਟੀ 'ਤੇ ਸੀਗੇ, ਤਾਂ ਪਿੱਛੋਂ ਦੋ ਦਿਨ ਮੋਟਰਸਾਈਕਲ 'ਤੇ ਆਏ ਗਏ, ਤਾਂ ਸਾਡੀ ਸਭ ਅਸੀਂ ਦੋਵਾਂ ਨੂੰ ਦੇਖਤੇ ਤੋਂ ਜੇਬ ਕੱਢ ਜੇਬ ਖਿੱਚ ਕੇ ਜੇਬ 'ਚ ਪੈਸੇ ਸੀਗੇ, ਮੋਬਾਈਲ ਸੀਗੇ। ਕਿੰਨੇ ਪੈਸੇ ਸੀ? ਪੈਸੇ ਜੀ 38,000 ਰੁਪਏ ਕੁਛ ਖੁੱਲ੍ਹੇ ਸੀਗਾ, 25,000 ਰੁਪਏ ਪੈਸੇ ਜਿੰਨੇ ਹੋਏ ਸੀ ਬਾਕੀ ਖੁੱਲ੍ਹੇ ਸੀਗੇ। ਕਿੰਨੇ ਕ ਵਜੇ ਮਤਲਬ ਕੋਈ ਬੰਦੇ ਪਛਾਣ ਚ ਆ ਰਹੇ ਵੀ ਕਿੰਨੇ ਡਿੱਗ ਪਏ ਸੀ? ਪਛਾਣ ਚ ਆਏ ਨੀ ਜੀ, ਸਾਨੂੰ ਉੱਥੇ ਨੀ ਗਿਆ ਕੋਈ ਮੁੰਡੇ ਮੁੰਡੇ ਕੋਈ ਹੋਰ ਹੋ ਜਾ ਕੋਈ? ਨਹੀਂ ਜੀ, ਮੁੰਡੇ ਤੋਂ ਉਦੋਂ ਦੋ ਜਣੇ ਆਉਂਦੇ ਸੀ ਮੋਟਰਸਾਈਕਲ, ਉਹਨਾਂ ਨੇ ਰੁਕਿਆ ਸੀ ਬੰਦੇ ਫੜੋ ਬੰਦੇ ਫੜੋ, ਉਹ ਰੁਕਿਆ ਨਹੀਂ। ਕੱਲ੍ਹ ਇੱਕ ਜਿਹੜਾ ਹੈ, ਕੱਲ੍ਹ ਦੁਪਹਿਰ ਦੇ ਵਿੱਚ ਇੱਕ ਇੰਸੀਡੈਂਟ ਹੋਇਆ ਸੀਗਾ। ਨਿਗਾ ਰਾਮ ਜੋ ਕਿ ਟੇ ਨਗਰ ਦਾ ਰਹਿਣ ਵਾਲਾ ਹੈ, ਉਹ ਆਪਣੀ ਸਕੂਟੀ 'ਤੇ ਆ ਰਿਹਾ ਸੀ, ਪਿੱਛੋਂ ਦੋ ਅਣਛਾਤੇ ਵਿਅਕਤੀਆਂ ਨੇ ਆ ਕੇ ਉਹਦਾ ਗੀਜਾ ਪੱਟ ਕੇ ਉਹਦੀ ਜੇਬ ਵਿੱਚੋਂ 28,000 ਰੁਪਏ ਨਗਦ ਅਤੇ ਇੱਕ ਮੋਬਾਈਲ ਫੋਨ ਸੀ ਜਿਹੜਾ MI ਕੰਪਨੀ ਦਾ ਸੀਗਾ, ਉਹ ਲੈ ਗਏ ਸੀ ਪੱਟ ਕੇ। ਜਿਸ ਸੰਬੰਧੀ ਅਸੀਂ FIR ਨੰਬਰ 45 ਦਰਜ ਕਰਤੀ ਹੈ, ਅਤੇ ਇਸ ਸੰਬੰਧੀ ਅਸੀਂ ਜਿਹੜੇ CCTV ਜਿਹੜੇ ਫੋਟੇਜ ਵਗੈਰਾ ਚੈੱਕ ਕਰ ਰਹੇ ਹਾਂ, ਅਤੇ ਜਲਦੀ ਅਸੀਂ ਦੋਸ਼ੀਆਂ ਨੂੰ ਉਸ ਤੋਂ ਸ਼ਨਾਖਤ ਕਰਕੇ ਗ੍ਰਿਫਤਾਰ ਕਰ ਲਾਂਗੇ। ਕੋਈ ਨਜ਼ਰ ਆ ਰਿਹਾ ਕੋਈ CCTV ਫੁਟੇਜ ਕੋਈ ਹੋਰ? ਨਹੀਂ, ਅਸੀਂ ਇੱਕ ਤੋਂ ਫੁਟੇਜ ਲਏ ਆਏ ਅਤੇ ਉਹਦੇ ਵਿੱਚ ਹਲੀ ਪੂਰੀ ਕਲੈਰਿਟੀ ਨਹੀਂ, ਪਰ ਫਿਰ ਵੀ ਅਸੀਂ ਮੇਰੀਆਂ ਟੀਮਾਂ ਅਲੱਗ ਅਲੱਗ ਬਣਾ ਕੇ ਭੇਜੀਆਂ ਗਈਆਂ ਇਹ ਕੈਬ ਫੁਟੇਜ ਚੈੱਕ ਕਰਨੇ, ਜਲਦੀ ਅਸੀਂ ਟਰੇਸ ਕਰ ਲਾਂਗੇ। ਉਮੀਦ ਹੈ ਵੀ ਆਪਾਂ ਅੱਜ ਸ਼ਾਮ ਤੱਕ ਉਸਨੂੰ ਟਰੇਸ ਕਰਕੇ ਜਿਹੜੀ ਕਾਰਵਾਈ ਆਉਣ 'ਚ ਲਿਆਵਾਂ।